ਮੇਰੇ ਗਾਣਿਆਂ 'ਚ ਦਰਦ ਹੁੰਦਾ ਮੈਂ ਕੋਸ਼ਿਸ਼ ਕਰਦੀ ਕਿ ਜਿੱਦਾਂ ਦਾ ਗਾਣਾ ਉਹਦੇ ਵਿੱਚ ਓਦਾਂ ਦੇ ਢਲ ਜਾਵੇ ਕਿਥੇ ਜਾ ਕੇ ਤੂੰ ਵਿਖਿਆ ਉਹ ਬਜ਼ਾਰ ਕਿਥੇ ਆ ਮੇਰੇ ਜਜ਼ਬਾ ਤਾਂ ਦਾ ਹੋਇਆ ਦੱਸ ਦੇ ਵਪਾਰ ਕਿਥੇ ਆ ਕਹਿੰਦੇ ਕਿ ਇਹ ਜ਼ਰੂਰੀ ਹੈ ਕਿ ਸਟਰਗਲ ਹੋਣਾ ਕਰਕੇ ਅੱਗੇ ਆਉਣਾ ਤੇ ਗੰਭੀਰ ਹੋ ਕੇ ਅੱਗੇ ਆਉਣਾ ਉਹਦਾ ਜਿਹੜਾ ਮਜ਼ਾ ਨਾ ਜੀਣ ਦਾ ਫਿਰ ਅਲੱਗ ਹਾਂ ਅਸੀਂ ਗੱਲ ਕਰ ਰਹੇ ਹਾਂ ਸਵੈਗ ਦੀ ਟਸ਼ਨ ਦੀ 뮤직 ਦੀ ਤੇ ਮਸਤੀ ਦੀ ਤੇ ਮੇਰੇ ਨਾਲ ਇਸ ਟਾਈਮ ਤੇ ਨਵੇਂ ਤਿਤਲੀਆਂ ਤੋਂ ਫੇਮ ਪਾਉਣ ਵਾਲੇ ਅਫਸਾਨਾ ਖਾਨ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਕਈਆਂ ਦੇ ਛੇਰ ਦੇ ਮੁਸਕਾਨ ਵੀ ਆ ਗਈ ਹੋएगी ਕਿਉਂਕਿ ਇਸ ਗਾਣੇ ਨੂੰ ਲਾਈਵ ਸੁਣਨਾ ਹੋਵੇ ਤੇ ਉਹਦਾ ਇੱਕ ਵੱਖਰਾ ਹੀ ਮਜ਼ਾ ਹੈ ਸਤਿ ਸ਼੍ਰੀ ਅਕਾਲ ਅਫਸਾਨਾ ਜੀ ਸਤਿ ਸ਼੍ਰੀ ਅਕਾਲ ਜੀ ਅਫਸਾਨਾ ਜੀ ਸਭ ਤੋਂ ਪਹਿਲਾਂ ਤੇ ਮੈਂ ਗਾਣੇ ਸੁਣਨਾ ਚਾਹਾਂਗੀ ਜਰੂਰ ਜਰੂਰ ਮੈਂ ਗਾਣੇ ਤੋਂ ਸਟਾਰਟ ਕਰ ਦਿੰਨੇ ਹਾਂ ਹੋ ਪਤਾ ਨਹੀਂ ਜੀ ਗੋਨ ਸੰਸ਼ਾ ਕਰਤਾ ਹੈ यार मेरा हर एक से बफा करता है छुप छुप के वाले दिन चले गए आँखों में आंखें डाल के दगा करता है हो वे मैं जान दी तू मेरे नानी बाणी नी कोई तेरी प्यासे में मैं पानी नी कोई मेरे सामने ही ताड़दाए होर कुड़िया हाय गला के शर्म पड़दा ਕਦੀ ਉਸ ਫੁੱਲ ਤੇ ਕਦੀ ਉਸ ਫੁੱਲ ਤੇ ਹਯਾਰ ਮੇਰਾ ਤਿਤਲੀ ਆਵੇਗਾ ਯਾਦ ਮੇਰਾ ਤਿਤਲੀ ਆਵੇ ਬਾਕਮਾਲ ਬਾਕਮਾਲ ਇਸ ਤੋਂ ਬਾਅਦ ਐਨ ਫੀਲ ਹੁੰਦਾ ਕਿ ਇਹਨੂੰ ਹੁਣ ਸੁਣੀ ਜਾਈਏ ਲੇਕਿਨ ਅਸੀਂ ਇੱਕ ਹੀ ਗੱਲ ਕਰਦੇ ਆ ਅਫਸਾਨਾ ਜੀ ਅਗਰ ਗੱਲ ਕੀਤੀ ਜਾਵੇ ਪਹਿਲਾਂ ਮੈਂ ਤੁਹਾਨੂੰ ਦੇਖ ਰਹੀ ਕਿ ਤੁਹਾਡੇ 골ਡ ਪਾਇਆ ਹੋਇਆ ਹੈ ਤੁਸੀਂ ਟੈਟੂ ਬਨਵਾਇਆ ਹੋਇਆ ਹੈ ਇਹਦੇ ਪਿਛਲੇ ਪਾਸੇ ਰਾਜ਼ ਕੀ ਹੈ ਮੀਨਸ ਕਿ ਇਹ ਬੜੀ ਬਹੁਤ ਰੀਅਰ ਲੋਕਾਂ ਨੇ ਪਾਈ ਹੁੰਦੀ ਹੈ ਚੀਜ਼ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਆ ਤੇ ਮੈਨੂੰ گول ਡਾਇਮੰਡਸ ਇਹਨਾਂ ਦਾ ਸ਼ੌਂਕ ਹੈ ਤੇ ਬਸ ਪਹਿਲਾਂ ਆਲਟੀਫੀਸ਼ਲ ਪਾਉਂਦੀ ਹੁੰਦੀ ਸੀ ਜਦੋਂ ਪੂਰ ਸੀਗੇ ਤੇ ਜਦੋਂ ਆਪਨੇ ਪੈਰਾਂ ਤੇ ਆਪ ਖੜੇ ਹੋ ਗਏ ਆ ਤਾਂ ਹੁਣ ਆਪਣੇ ਆਪ ਦੇ ਪੈਸੇ ਦਾ ਕਮਾਈ ਦਾ ਜਦੋਂ ਆਪ ਖਾਨਦੇ ਆ ਪਾਉਂਦੇ ਆ ਸੋ ਅੱਛਾ ਲੱਗਦਾ ਉਹ ਸ਼ੌਂਕ ਹੁਣ ਪੂਰੇ ਕਰ ਰਹੀ ਆ ਟੈਟੂ ਦਾ ਕਿੱਸਾ ਵੀ ਦੱਸੋ ਕਿਉਂਕਿ ਟੈਟੂ ਬਾਰੇ ਮੈਂ ਦੇਖ ਰਹੀ ਕਾਫੀ ਕੁਝ ਤੁਸੀਂ ਬਣਾਇਆ ਹੋਇਆ ਹੈ ਹਾਂਜੀ ਮੈਨੂੰ ਮੇਰੇ ਬਾਪੂ ਦੇ ਖਾਬ ਸਾਰੇ ਯਾਦ ਨੇ ਮੇਰੇ ਪਾਪਾ ਨਹੀਂ ਹੈ ਇਸ ਦੁਨੀਆ 'ਚ ਉਹਨਾਂ ਦੀ ਡੈਥ ਡੇਟ ਤੇ ਬਰਥਡੇਟ ਲਿਖੀ ਹੋਈ ਆ ਸੋ ਉਹਨਾਂ ਲਈ ਇਹ ਡੈਡੀਕੇਟ ਆ ਕਿ ਜਿਹੜੇ ਉਹਨਾਂ ਦੇ ਸੁਪਨੇ ਅਧੂਰੇ ਰਹਿ ਗਏ ਸੀ ਉਹ ਪੂਰੇ ਕਰਨੇ ਆ ਸੋ ਇਹ ਹਮੇਸ਼ਾ ਮੈਨੂੰ ਯਾਦ ਦਿਲਾਉਂਦੇ ਰਹਿੰਦੇ ਆ ਤੇ ਇਹਨਾਂ ਨਾਲ ਮੈਂ ਜੁੜੀ ਹੋਈ ਆ ਤੇ ਬਾਕੀ ਇਹ ਮੇਰੇ ਮੰਮਾ ਤੇ ਬ੍ਰਦਰ ਦਾ ਨਾਮ ਲਿਖਿਆ ਆ ਪਿਆਰ ਦਿਨਾ ਇੱਕ ਚੀਜ਼ ਹੋ ਦੱਸੋ ਕਿ ਜ਼ਿੰਦਗੀ ਦੇ ਵਿੱਚ ਅਗਰ ਅਸੀਂ ਗੰਭੀਰ ਹੁੰਨੇ ਆ ਤਾਈਓ ਕਾਮਯਾਬ ਹੁੰਨੇ ਆ ਕਿ ਕੱਲੀ ਅਸੀਂ ਅਗਰ ਹਾਰਡ ਵਰਕ ਕਰਦੇ ਆ ਉਹਦੇ ਨਾਲ ਵੀ ਕਾਮਯਾਬ ਹੋ ਸਕਦੇ ਆ ਨਹੀਂ ਨਹੀਂ ਜਿਹੜੇ ਬੰਦੇ ਨੂੰ ਗੰਭੀਰ ਹੁੰਦੇ ਨੇ ਠੋਕਰ ਖਾਈ ਹੁੰਦੀ ਹੈ ਜਿਨ੍ਹਾਂ ਤੇ ਮਜਬੂਰੀਆਂ ਹੁੰਦੀਆਂ ਫਿਰ ਉਹਨਾਂ ਦੀ ਜਿਹੜੀ ਸਟਰਗਲ ਹੁੰਦੀ ਹੈ ਉਹ ਸੋ ਕਾਫੀ ਕੁਝ ਇਕੱਠਾ ਹੋ ਕੇ ਫਿਰ ਉਸ ਚੀਜ਼ ਦਾ ਕਹਿੰਦੇ ਕਿ ਇਹ ਜ਼ਰੂਰੀ ਹੈ ਕਿ ਸਟਰਗਲ ਹੋਣਾ ਕਰਕੇ ਅੱਗੇ ਆਉਣਾ ਤੇ ਗੰਭੀਰ ਹੋ ਕੇ ਅੱਗੇ ਆਉਣਾ ਉਹਦਾ ਜਿਹੜਾ ਮਜ਼ਾ ਨਾ ਜੀਣ ਦਾ ਫਿਰ ਅਲੱਗ ਆਂਦਾ ਅਫਸਾਨਾ ਜੀ ਜਿਵੇਂ ਕਿ ਅਸੀਂ ਗੱਲ ਕਰ ਰਹੇ ਸੀ ਹੁਣ ਮਿਊਜ਼ਿਕ ਦੀ ਸਵੈਗ ਦੀ ਗੱਲ ਕਰ ਰਹੇ ਹਾਂ ਤੁਹਾਡੇ ਲਈ ਮਿਊਜ਼ਿਕ ਤੇ ਸਵੈਗ ਦੀ ਡੈਫੀਨੇਸ਼ਨ ਕੀ ਹੈ ਸਵੈਗ ਮਿਊਜ਼ਿਕ ਤੁਸੀਂ ਸਾਰਿਆਂ ਦੇ ਸਪਨੇ ਹੁੰਦੇ ਆ ਕਿ ਕਿਸੇ ਨੇ ਡਾਕਟਰ ਬੰਨਾ ਕਿਸੇ ਨੇ ਕੀ ਬੰਨਾ ਸੋ ਸਾਰੇ ਸਪਨੇ ਦੇਖਦੇ ਬਹੁਤ ਸਾਰੇ ਆਰਟਿਸਟ ਹੋਰ ਬੈਠੇ ਨੇ ਕਿ ਜਿਹੜੇ ਸਿੰਗਰ ਬੰਦੇ ਬਣੇ ਹੋਏ ਨੇ ਬੰਦੇ ਚਾਹੁੰਦੇ ਨੇ ਤੇ ਨਾਲ ਨਾਲ ਇੱਕ ਸ਼ੌਂਕ ਮਤਲਬ ਇੱਕ ਜ਼ਰੂਰੀ ਇਹ ਵੀ ਹੁੰਦਾ ਜੇ ਤੁਸੀਂ ਆਰਟਿਸਟ ਬੰਨਾ ਚਾਹੁੰਦੇ ਹੋ ਤਾਂ ਤੁਹਾਡਾ ਸਵੈਗ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਆਡੀਅנס ਨੂੰ ਬੜਾ ਅਟਰੈਕਟਿਵ ਕਰਦਾ ਤੇ ਤੁਸੀਂ ਕਈ ਬੰਦੇ ਬਹੁਤ ਸਿੰਪਲ ਵੀ ਬੈਠੇ ਨੇ ਤੇ ਕਈ بڑے ਆਪਣੇ ਆਪਣੇ ਨਾਵਾਂ ਤੋਂ ਫੇਮਸ ਹੋਏ ਨੇ ਨਾਲ ਸਵੈਗ ਦੇ ਕੋਈ ਹਨਾ ਕਿਸ ਚੀਜ਼ ਨਾਲ ਕੋਈ ਕਿਸ ਚੀਜ਼ ਨਾਲ ਸੋ ਇਦਾਂ ਇਦਾਂ ਸਵਾਗ ਵੀ ਪਾਲਣਾ ਜ਼ਰੂਰੀ ਹੈ ਕਿਉਂਕਿ ਇੱਕ ਜ਼ਿੰਦਗੀ ਨੂੰ ਜੀਣਾ ਚਾਹੀਦਾ ਇੱਥੇ ਵਾਰ-ਵਾਰ ਤਾਂ ਇਨਸਾਨ ਦੀ ਜੁਨੀ ਵੀ ਨਹੀਂ ਮਿਲਦੀ ਸੋ ਦੈਟਸ ਵਾਈ ਮੇਰਾ ਇਹ ਮੰਨਣਾ ਹੈ ਕਿ 뮤직 ਦੇ ਨਾਲ ਨਾਲ ਇੱਕ ਤੁਸੀਂ ਅੱਛੇ ਆਰਟਿਸਟ ਹੋ ਤੇ ਆਪਣਾ ਸਵਾਗ ਆਪਣਾ ਅਲੱਗ ਸਟਾਈਲ ਤੁਸੀਂ ਕੈਰੀ ਕਰੋ ਥੋੜੀ ਜੀ ਪਰਸਨਲ ਲਾਈਫ ਬਾਰੇ ਗੱਲ ਕਰਦੇ ਆ ਜਿਵੇਂ ਕਿ ਤੁਹਾਡੀ ਹੁਣੇ-ਹੁਣੇ ਇੰਗੇਜਮੈਂਟ ਹੋਈ ਹੈ ਉਹ ਵਾਲੇ ਸਫਰ ਜਿਹੜੇ ਤੁਸੀਂ ਸਫਰ ਜੀ ਰਹੇ ਹੋ ਉਹ ਕਿਸਰਾ ਦਾ ਹੈ ਤੇ ਤੁਸੀਂ ਹੁਣ ਕੀ ਵਿਆਹ ਲਈ ਤਿਆਰ ਹੋ ਮੈਂ ਬਹੁਤ ਖੁਸ਼ ਹਾਂ ਇੰਗੇਜਮੈਂਟ ਕਰਾ ਕੇ ਤੇ ਮੈਨੂੰ ਬੜਾ ਚਾਹ ਸੀ ਵਿਆਹ ਦਾ ਤੇ ਮੈਂ ਫਾਈਨਲੀ ਨਵੰਬਰ ਦਸੰਬਰ ਜਾਂ ਫਿਰ ਜਨੂਅਰੀ ਪਲਾਨ ਕਰ ਰਹੇ ਹਾਂ ਤੇ ਮੈਰਿਜ ਮਤਲਬ ਵੈਰੀ ਸੂਨ ਇਸੇ ਸਾਲ ਹੋ ਜਾਣੀ ਇੱਕ ਚੀਜ਼ ਹੋਰ ਦੱਸੋ ਜਿਵੇਂ ਕਿ ਤੁਸੀਂ ਵੌਇਸ ਤੋਂ ਪੰਜਾਬ ਦੇ ਵਿੱਚ ਐਜ਼ ਅ ਜੱਜ ਆਉਣ ਵਾਲੇ ਹੋ ਤੁਹਾਨੂੰ ਲੱਗਦਾ ਹੈ ਕਿ ਜਿਵੇਂ ਕਿ ਅੱਜ ਕੱਲ੍ਹ ਜਿਹੜੀ ਯੂਥ ਹੈ ਉਹ ਹਰ ਇੱਕ ਬੰਦਾ ਇਹ ਕਹਿ ਰਿਹਾ ਕਿ ਮੈਂ ਸਿੰਗਰ ਬੰਨਾ ਹੈ ਕੋਈ ਕਹਿ ਰਿਹਾ ਕਿ ਮੈਂ ਐਕਟਰ ਬੰਨਾ ਹੈ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਯੂਥ ਹੈ ਉਹਨੂੰ ਮੋਲਡ ਕਰਨ ਦੀ ਜ਼ਰੂਰਤ ਹੈ ਕਿਉਂਕਿ ਹਰ ਇੱਕ ਬੰਦਾ 뮤జిక్ ਦੇ ਲਾਈਨ ਦੇ ਵਿੱਚ ਨਹੀਂ ਜਾ ਸਕਦਾ ਕਿਉਂਕਿ 뮤జిక్ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਵਿੱਚ ਆਈ ਥਿੰਕ ਮੋਸਟ ਡਿਫਿਕਲਟ ਸਬਜੈਕਟ ਕਹਿ ਸਕਦੇ ਹੋ ਤੁਸੀਂ ਯੂਥ ਨੂੰ ਕੀ ਕਹਿਣਾ ਚਾਹੋਗੇ ਇਸ ਬਾਰੇ ਜਜ ਬਣਾਣਾ ਬਹੁਤ ਡਿਫਿਕਲਟ ਆ ਕਿਸੇ ਦੀਆਂ ਗਲਤੀਆਂ ਹਨਾ ਲੱਭਣਾ ਸਰਚ ਕਰਨਾ ਉਹਨੂੰ ਪਰ ਕਿਤੇ ਨਾ ਕਿਤੇ ਦਾ ਬਹੁਤ ਜ਼ਿਆਦਾ ਫਾਇਦਾ ਕਿਉਂਕਿ ਕਈ ਬੰਦਿਆਂ ਦੇ ਨਜ਼ਰੀਏ ਹੁੰਦੇ ਦੇਖਣ ਦੇ ਕਿ ਕਿਸੇ ਨੂੰ ਜਜ ਕਰਨਾ ਤੁਸੀਂ ਗਲਤ ਕਰ ਰਹੇ ਹੋ ਕਿਸੇ ਨੂੰ ਕਹਿੰਦਾ ਕਿ ਤੁਸੀਂ ਸਹੀ ਪਰ ਕਿਸੇ ਨੂੰ ਤਰਾਸ਼ਣਾ ਵਧੀਆ ਲੱਗਦਾ ਕਿ ਬੰਦੇ ਬੱਚੇ ਜਾਂ ਵੱਡੇ ਸੀਨੀਅਰ ਆਰਟਿਸਟਾਂ ਜਰਾ ਤਰਾਸ਼ ਕੇ ਆਣ ਤਾਂ ਅੱਛਾ ਲੱਗਦਾ ਸੋ ਮੈਨੂੰ ਪੀਟੀਸੀ ਨੇ ਡਿਊਟੀ ਦਿੱਤੀ ਆ ਕਿਉਂਕਿ ਮੈਂ ਉਸ ਸ਼ੋ ਦੀ ਐਜ਼ ਅ ਕੰਟੈਸਟੈਂਟ ਰਹਿ ਚੁੱਕੀ ਆ ਤੇ ਮੈਂ ਮੇਰੀ ਵੈਸੇ ਕੋਈ ਔਕਾਤ ਨਹੀਂ ਹੈ ਜੱਜ ਕਰਨ ਦੀ ਪਰ ਇੱਕ ਡਿਊਟੀ ਮਿਲੀ ਆ ਕਿ ਹਾਂ ਉਹ ਨਿਭਾ ਰਹੇ ਆ ਬਾਕੀ ਅੱਛਾ ਇੱਕ ਹੋਰ ਚੀਜ਼ ਅਗਰ ਤੁਸੀਂ ਸਿੰਗਰ ਨਾ ਹੁੰਦੇ ਤੇ ਫਿਰ ਕੀ ਹੁੰਦੇ ਮੈਂ ਪਹਿਲਾਂ ਵੀ ਦੱਸਿਆ ਕਿ ਮੈਂ ਜਿੱਦਾਂ ਕਿ ਲੈਕਚਰਰ ਬਣ ਦਾ ਸ਼ੌਂਕ ਸੀਗਾ ਮੈਨੂੰ ਮੈਂ ਪੰਜਾਬੀ ਦੀ ਲੈਕਚਰਰ ਹੁੰਦੀ ਜੀ ਮੀਨਸ ਕਿ ਅਗਰ ਆਪਾਂ ਕਿ ਨਾ ਸਮਝੋ ਕਿ ਇੱਥੇ ਇਸ ਟਾਈਮ ਦੇ ਸਟੂਡੈਂਟਸ ਬੈਠੇ ਹੋਏ ਨੇ ਤੇ ਥੋੜਾ ਜਿਹਾ ਡੈਮੋ ਹੋ ਜੇ ਕਿ ਟੀਚਰ ਆਏ ਨੇ ਅਫਸਾਨਾ ਜੀ ਮੈਂ ਪਹਿਲਾਂ ਦੱਸਦਾ ਕਿ ਮੈਂ ਬੜਾ ਰੋ ਮਾਰਨ ਦਾ ਮੈਨੂੰ ਬੜਾ ਚਾਹ ਸੀਗਾ ਕਿ ਮੈਂ ਹਮੇਸ਼ਾ ਸਾਰਿਆਂ ਦੇ ਚਿੱਤਰ ਪਵਾਉਂਦੀ ਰਹਿੰਦੀ ਸੀ ਆਪਣੇ ਹਨਾ ਤੇ ਇਸ ਕਰਕੇ ਫਿਰ ਇਦਾਂ ਦਾ ਕਰਕੇ ਤੇ ਹੁਣ ਮੈਂ ਕੀ ਰੋ ਮਾਰਾਂ ਬੈਠ ਹੁਣ ਇਸ ਫੀਲਡ ਤੋਂ ਲੱਗ ਹੁਣ ਇਹ ਪ੍ਰੋਫੈਸਰ ਸੌਫਟ ਹੋ ਚੁੱਕੇ ਨੇ ਤੇ ਅਫਸਾਨਾ ਜੀ ਜੰਦ ਜੰਦ ਇੱਕ ਗਾਣਾ ਹੋ ਜੇ ਫਿਰ ਹੂੰ ਹੋ ਜਿੱਥੇ ਜਾ ਕੇ ਤੂੰ ਵਿਖਿਆ ਉਹ ਬਾਜ਼ਾਰ ਕਿਥੇ ਆ ਮੇਰੇ ਜਜ਼ਬਾਤਾਂ ਦਾ ਹੋਇਆ ਦੱਸ ਦੇ ਵਪਾਰ ਕਿਥੇ ਆ ਥੈਂਕ ਯੂ ਇੱਕ ਚੀਜ਼ ਹੋ ਅਫਸਾਨਾ ਜੀ ਜਿਵੇਂ ਕਿ ਮੈਂ ਹਮੇਸ਼ਾ ਦੇਖਦੀ ਤੁਹਾਡੀ ਗਾਣਿਆਂ ਦੇ ਵਿੱਚ ਥੋੜਾ ਦਰਦ ਹੁੰਦਾ ਹੈ ਜੀ ਉਹਦਾ ਰੀਜ਼ਨ ਕੀ ਤੁਹਾਡੀ ਪਰਸਨਲ ਲਾਈਫ ਹੈ ਕਿ ਤੁਸੀਂ ਹਮੇਸ਼ਾ ਅੱਗੇ ਇਸੇ ਇਸੇ ਤਰ੍ਹਾਂ ਚੱਲਣਾ ਚਾਹੋਗੇ ਮੇਰੇ ਗਾਣਿਆਂ 'ਚ ਦਰਦ ਹੁੰਦਾ ਮੈਂ ਕੋਸ਼ਿਸ਼ ਕਰਦੀ ਕਿ ਜਿੱਦਾਂ ਦਾ ਗਾਣਾ ਉਹਦੇ ਵਿੱਚ ਓਦਾਂ ਦੇ ਢਲ ਜਾਉ ਸੋ ਇਹ ਬਹੁਤ ਘੱਟ ਆਰਟਿਸਟਾਂ ਦੇ ਵਿੱਚ ਹੁੰਦਾ ਤਾਂ ਬਹੁਤ ਘੱਟ ਆਰਟਿਸਟਾਂ ਨੂੰ ਸੂਟ ਕਰਦਾ ਕਿ ਮੈਂ ਦਰਦ ਵਾਲਾ ਗਾਣਾ ਗਾਰੀਆਂ ਤਾਂ ਦਰਦ ਮੈਨੂੰ ਸੂਟ ਕਰ ਰਿਹਾ ਜੇ ਮੈਂ ਬੀਟ ਗਾਰੀਆਂ ਤਾਂ ਮੈਂ ਉੱਥੇ ਬੜਾ ਟੰਕੇ ਗਾਣਾ ਗਾਏ ਹੋਏ ਸੋ ਇਦਾਂ ਹੀ ਆ ਕਿ ਦਰਦ ਸ਼ੁਰੂ ਤੋਂ ਸਏ ਨੇ ਪਾਪਾ ਦੀ ਡੈਥ ਹੋ ਗਈ ਸੀ ਉਹ ਦਰਦ ਹਮੇਸ਼ਾ ਦਿਲ 'ਚ ਹੈ ਤੇ ਉਹ ਹਮੇਸ਼ਾ ਮੇਰੇ ਗਾਣਿਆਂ 'ਚ ਚਲਕਦਾ ਸੋ ਇਹ ਸੀ ਅਫਸਾਨਾ ਖਾਨ ਜੀ ਸੋ ਕਿਤਨੇ ਕਿਤਨੇ ਜਿਹੜਾ ਤੁਹਾਡੇ ਪਰਸਨਲ ਲਾਈਫ ਦੀ ਗੱਲ ਆਉਂਦੀ ਹੈ ਜਾਂ ਪ੍ਰੋਫੈਸ਼ਨ ਬੜਾ ਡੀਪਲੀ ਕਨੈਕਟ ਹੁੰਦੀ ਹੈ ਤੇ ਉੱਥੋਂ ਇਹ ਪਤਾ ਚੱਲਦਾ ਹੈ ਕਿ ਉਹ ਬੰਦਾ ਕਿਵੇਂ ਕਾਮਯਾਬ ਹੋਇਆ ਕੈਮਰਾ ਪਰਸਨ ਤੁਲਸੀ ਮੈਰਾ ਦੇ ਨਾਲ ਡਰਮਪ੍ਰੀਤ ਕੌਰ ਪੀਟੀਸ ਨਿਊਜ਼ ਚੰਡੀਗੜ੍ਹ